ਆਪਣੀ ਨੇਚਾ ਨੂੰ ਵਧਾਓ, ਪਰਮੇਸ਼ਵਰ ਤੋਂ ਨੇਚਾ ਮੰਗੋ, ਕਹੋ ਕਿ ਪ੍ਰਭੂ ਮੈਨੂੰ ਪਹਾੜਾਂ ਨੂੰ ਹਿਲਾ ਦੇਣ ਵਾਲੀ ਨੇਚਾ ਦੇ ਦਿਓ। ਪ੍ਰਭੂ ਅੱਜ ਜਦੋਂ ਮੈਂ ਪ੍ਰਾਰਥਨਾ ਕਰਾਂ ਤੇ ਮੇਰੀ ਜ਼ਿੰਦਗੀ ਦੇ ਵਿੱਚੋਂ ਹਰ ਪਹਾੜ ਉੱਖੜ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ, ਆਮੇਨ। ਹਰ ਬੰਧਨ ਟੁੱਟ ਜਾਏ ਪ੍ਰਭੂ ਯਿਸੂ ਮਸੀਹ ਦੇ ਨਾਮ। ਪ੍ਰਭੂ ਮੈਨੂੰ ਵੀ ਉਹ ਨੇਚਾ ਦੇ ਦਿਓ ਜਿੱਦਾਂ ਦੀ ਲਹੂ ਪੈਣ ਵਾਲੀ ਤੀਵੀ ਦੇ ਕੋਲ ਸੀ। ਉਹ ਕਹਿੰਦੀ ਮੈਂ ਜੇ ਪੱਲਾ ਹੀ ਛੂ ਲਵਾਂ ਤੇ ਮੈਂ ਚੰਗੀ ਹੋ ਜਾਊਂਗੀ। ਆਓ ਆਤਮਾ ਵਿੱਚ ਆਪਣਾ ਹੱਥ ਵਧਾ ਕੇ ਪੱਲਾ ਛੂ ਲਓ ਪ੍ਰਭੂ ਦਾ। ਪ੍ਰਭੂ ਦਾ ਆਤਮਾ ਇਸ ਜਗ੍ਹਾ ਤੇ ਮੌਜੂਦ ਆ। ਆਪਣੇ ਹੱਥ ਨੂੰ ਵਧਾਓ ਔਰ ਉਹਦੇ ਪੱਲੇ ਨੂੰ ਛੂ ਲਵੋ। ਆਤਮਾ ਵਿੱਚ ਛੂ ਲਓ ਉਹਦੇ ਪੱਲੇ ਨੂੰ, ਨੇਚਾ ਦੇ ਨਾਲ ਛੂ ਲਵੋ। ਸੱਚਮੁੱਚ ਤੁਹਾਡੇ ਅੰਦਰੋਂ ਹਰ ਬਿਮਾਰੀ ਖਤਮ ਹੋ ਰਹੀ ਹੈ, ਹਰ ਬਿਮਾਰੀ ਤੁਹਾਨੂੰ ਛੱਡ ਕੇ ਜਾ ਰਹੀ ਹੈ, ਕਿਉਂਕਿ ਉਹਦੇ ਪੱਲੇ ਦੇ ਵਿੱਚ ਸਾਮਰਥ੍ਯ, ਉਹਦੀ ਹਜ਼ੂਰੀ ਦੇ ਵਿੱਚ ਸਾਮਰਥ੍ਯ। ਵਚਨ ਚ ਲਿਖਿਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਚ ਇਕੱਠੇ ਆ ਮੈਂ ਉਹਨਾਂ ਦੇ ਦਰਮਿਆਨ ਆ। ਔਰ ਵਚਨ ਕਾਇਮ ਰਹਿਣ ਵਾਲਾ ਵਚਨ ਆ, ਵਚਨ ਸੱਚਾ ਤੇ ਜੀਉਂਦਾ ਵਚਨ ਆ। ਅੱਜ ਪਰਮੇਸ਼ਵਰ ਸਾਡੇ ਦਰਮਿਆਨ ਆ, ਕਿਉਂਕਿ ਵਚਨ ਚ ਲਿਖਿਆ ਹੁਣ ਪ੍ਰਭੂ ਦਾ ਆਤਮਾ ਹੈ। ਸੱਚਮੁੱਚ ਪ੍ਰਭੂ ਆਤਮਾ ਹੈ, ਉਹ ਆਤਮਾ ਦੇ ਵਸੀਲੇ ਸਾਡੇ ਵਿਚਕਾਰ ਹੈ। ਔਰ ਵਚਨ ਚ ਲਿਖਿਆ ਜੋ ਆਤਮਾ ਤੋਂ ਹੈ ਉਹ ਆਤਮਾ ਦੀ ਸੁਣਦਾ ਹੈ, ਆਤਮਾ ਉਹਦੇ ਨਾਲ ਬੋਲਦਾ ਹੈ। ਅੱਜ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਬੋਲ ਰਿਹਾ ਹੈ। ਪਰਮੇਸ਼ਵਰ ਦੇ ਆਤਮਾ ਨੂੰ ਸੁਣੋ, ਉਹ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਸੱਚਮੁੱਚ ਅੱਜ ਉਹ ਤੁਹਾਡੇ ਬੋਝ ਤੁਹਾਡੇ ਤੋਂ ਲਾ ਰਿਹਾ ਹੈ। ਅੱਜ ਆਪਣੇ ਬੋਝ ਪਰਮੇਸ਼ਵਰ ਨੂੰ ਦੇ ਦਿਓ। ਪ੍ਰਭੂ ਤੁਹਾਨੂੰ ਆਰਾਮ ਦੇਣਾ ਚਾਹੁੰਦੇ ਆ, ਅੱਜ ਤੁਸੀਂ ਆਰਾਮ ਨੂੰ ਪਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ। ਆਰਾਮ ਨੂੰ ਪਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ। ਆਰਾਮ ਨੂੰ ਪਾਓਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਸ ਜਗ੍ਹਾ ਤੇ ਰੂਹ ਦੀ ਵਰਖਾ ਹੋ ਰਹੀ ਹੈ, ਰੂਹ ਦੀ ਵਰਖਾ ਹੋ ਰਹੀ ਹੈ, ਰੂਹ ਦੀ ਵਰਖਾ ਹੋ ਰਹੀ ਹੈ। ਭਿੱਜ ਜਾਓ, ਭਿੱਜ ਜਾਓ, ਰੂਹ ਦੀ ਵਰਖਾ ਦੇ ਵਿੱਚ ਭਿੱਜ ਜਾਓ, ਭਿੱਜ ਜਾਓ। ਆਪਣੀਆਂ ਬਾਹਾਂ ਨੂੰ ਫੈਲਾ ਕੇ ਇਸ ਰੂਹ ਦੀ ਵਰਖਾ ਦਾ ਆਨੰਦ ਲੈ ਲਓ, ਇਸ ਰੂਹ ਦੀ ਵਰਖਾ ਦਾ ਆਨੰਦ ਲਓ। ਓ ਥੈਂਕ ਯੂ ਫਾਦਰ, ਥੈਂਕ ਯੂ ਫਾਦਰ, ਥੈਂਕ ਯੂ ਫੋਰ ਯੋਰ ਪ੍ਰੈਜ਼ੈਂਸ। ਪ੍ਰਭੂ ਧੰਨਵਾਦ, ਪਿਤਾ ਜੀ ਤੁਹਾਡਾ ਧੰਨਵਾਦ, ਤੁਹਾਡੀ ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ। ਪਿਤਾ ਜੀ ਤੁਸੀਂ ਇਸ ਜਗ੍ਹਾ ਤੇ ਮੌਜੂਦ ਆ ਮੇਰੇ ਖੁਦਾਵੰਦ, ਪਿਤਾ ਜੀ ਮੈਂ ਧੰਨਵਾਦ ਕਰਦੀ ਹਾਂ ਮੇਰੇ ਖੁਦਾ, ਅਸੀਂ ਸਵਾਗਤ ਕਰਦੇ ਹਾਂ ਪਿਤਾ ਜੀ ਤੁਹਾਡੀ ਪਾਕ ਹਜ਼ੂਰੀ ਦਾ ਸਵਾਗਤ ਕਰਦੇ ਹਾਂ, ਤੁਹਾਡੀ ਪਵਿੱਤਰ ਆਤਮਾ ਦਾ ਸਵਾਗਤ ਕਰਦੇ ਹਾਂ। ਪ੍ਰਭੂ ਜੀ ਤੁਹਾਡੇ ਵਚਨ ਚ ਲਿਖਿਆ ਆ ਮੈਂ ਚਾਹੁੰਦਾ ਹਾਂ ਤੁਸੀਂ ਨਰੋਏ ਹੋ ਜਾਓ, ਖੁਦਾ ਹੋਣ ਦਿਓ ਤੇ ਅੱਜ ਇਸ ਕਲੀਸਿਆ ਦੇ ਵਿੱਚ ਆਪਣੀ ਚਾਹਤ ਨੂੰ ਪੂਰਾ ਕਰੋ, ਆਪਣੀ ਚਾਹਤ ਨੂੰ ਪੂਰਾ ਕਰੋ। ਅੱਜ ਇਸ ਕਲੀਸਿਆ ਵਿੱਚ ਇੱਕ ਵੀ ਬਿਮਾਰ ਨਾ ਰਹੇ, ਸਭ ਨਰੋਏ ਹੋ ਜਾਣ, ਸਭ ਨਰੋਏ ਹੋ ਜਾਣ। ਓ ਖੁਦਾ ਇਹਨਾਂ ਨੂੰ ਚੰਗਾ ਕਰ ਦਿਓ ਮੇਰੇ ਪਿਤਾ ਜੀ, ਅੱਜ ਬਿਮਾਰੀਆਂ ਇਹਨਾਂ ਨੂੰ ਛੱਡ ਕੇ ਚਲੀਆਂ ਜਾਣ, ਦਰਦਾਂ ਇਹਨਾਂ ਨੂੰ ਛੱਡ ਕੇ ਚਲੀਆਂ ਜਾਣ, ਅੱਜ ਇਹਨਾਂ ਦੇ ਹੰਝੂ ਪੂੰਝ ਦਿਓ ਪਿਤਾ ਜੀ। ਓ ਖੁਦਾ ਅੱਜ ਇਹਨਾਂ ਦੀ ਉਦਾਸੀ ਇਹਨਾਂ ਨੂੰ ਛੱਡ ਕੇ ਚਲੀ ਜਾਏ, ਸਾਰੇ ਕਾਮ
ਖੁਸ਼ੀ ਦਾ ਸਰੋਪਾ ਤੁਹਾਨੂੰ ਦਿਆਂਗਾ। ਆਓ ਮੇਰੇ ਖੁਦਾਵੰਦ ਖੁਦਾ ਜੀ, ਪ੍ਰਭੂ ਅੱਜ ਇਹਨਾਂ ਦੇ ਇੱਕ ਇੱਕ ਦੇ ਹੰਝੂ ਪੂੰਝ ਦਿਓ ਮੇਰੇ ਪ੍ਰਭੂ ਜੀ, ਇੱਕ ਇੱਕ ਦੇ ਹੰਝੂ ਪੂੰਝ ਦਿਓ ਮੇਰੇ ਪ੍ਰਭੂ। ਉਹ ਹੰਝੂ ਜਿਹੜੇ ਇਹਨਾਂ ਦੇ ਭੈਣਾਂ ਭਰਾਵਾਂ ਦੇ ਲਈ ਆ, ਉਹ ਹੰਝੂ ਜਿਹੜੇ ਪਤੀ ਤੇ ਪਤਨੀ ਦੇ ਲਈ ਆ, ਉਹ ਹੰਝੂ ਜਿਹੜੇ ਔਲਾਦ ਦੇ ਲਈ ਆ, ਉਹ ਹੰਝੂ ਜਿਹੜੇ ਗਰੀਬੀ ਦਾ ਕਰਕੇ ਵਗ ਰਹੇ ਆ, ਬਿਮਾਰੀਆਂ ਦਾ ਕਰਕੇ ਵਗ ਰਹੇ ਆ, ਉਹ ਹੰਝੂ ਜਿਹੜੇ ਦੁਸ਼ਟ ਨੇ ਇਹਨਾਂ ਦੀਆਂ ਅੱਖਾਂ ਵਿੱਚ ਦਿੱਤੇ ਆ, ਪਿਤਾ ਜੀ ਅੱਜ ਇਹਨਾਂ ਦੇ ਹੰਝੂ ਪੂੰਝੇ ਜਾਣ, ਅੱਜ ਇਹ ਨੱਚਣ ਵਾਲੇ ਹੋ ਜਾਣ ਪ੍ਰਭੂ, ਅੱਜ ਨੱਚ ਨੱਚ ਕੇ ਤੁਹਾਡੀ ਉਸਤਤ ਕਰਨ ਵਾਲੇ ਹੋ ਜਾਣ। ਉਹ ਮੇਰੇ ਪਿਤਾ ਅੱਜ ਖੁਸ਼ੀ ਦੇ ਤੇਲ ਦਾ ਮੱਸਾ ਦੇ ਦਿਓ ਮੇਰੇ ਪ੍ਰਭੂ, ਤਾਜ਼ਾ ਮੱਸਾ ਜਾਏ ਇਹਨਾਂ ਦੇ ਉੱਤੇ ਮੇਰੇ ਖੁਦਾ, ਆਪਣੇ ਸੱਜੇ ਹੱਥ ਨਾਲ ਸਾਡੇ ਸਿਰਾਂ ਵਿੱਚ ਮੱਸਾ ਦੇ ਤੇਲ ਨੂੰ ਚੱਸ ਦਿਓ ਮੇਰੇ ਖੁਦਾ, ਮੱਸਾ ਦੇ ਤੇਲ ਨੂੰ ਚੱਸ ਦਿਓ ਮੇਰੇ ਖੁਦਾ। ਮੈਂ ਯਕੀਨ ਕਰਦੀ ਹਾਂ ਪ੍ਰਭੂ ਦਾ ਹੱਥ ਤੁਹਾਡੇ ਸਿਰਾਂ ਦੇ ਉੱਤੇ, ਪ੍ਰਭੂ ਦਾ ਹੱਥ ਤੁਹਾਡੇ ਸਿਰਾਂ ਨੂੰ ਛੂ ਰਿਹਾ ਹੈ, ਤਾਜ਼ਾ ਤੇਲ ਦੀਆਂ ਬੂੰਦਾਂ ਆ ਰਹੀਆਂ ਹਨ, ਸੱਚਮੁੱਚ ਤੁਹਾਡੇ ਉੱਤੇ ਮੱਸਾ ਦਾ ਤੇਲ ਆ ਰਿਹਾ ਹੈ। ਕੰਨਾਂ
ਹੋ ਚੁੱਕਿਆ ਪ੍ਰਭੂ ਯਸੂ ਮਸੀਹ ਦੇ ਨਾਮ ਚ ਸੁਣਾਈ ਨਹੀਂ ਦਿੰਦਾ ਸੀ ਹੀਲ ਹੋ ਚੁੱਕਾ ਪ੍ਰਭੂ ਯਸੂ ਮਸੀਹ ਦੇ ਨਾਮ ਚ ਧੁੰਦਲਾ ਨਜ਼ਰ ਆਉਂਦਾ ਸੀ ਚੰਗਾ ਹੋ ਚੁੱਕਾ ਪ੍ਰਭੂ ਯਸੂ ਮਸੀਹ ਸ਼ੂਗਰ ਨਾਰਮਲ ਹੋ ਚੁੱਕੀ ਪ੍ਰਭੂ ਯਸੂ ਬਲੱਡ ਪ੍ਰੈਸ਼ਰ ਨਾਰਮਲ ਹੋ ਚੁੱਕਾ ਬੁਖਾਰ ਜਾ ਚੁੱਕਿਆ ਆ ਟਾਈਫਾਈਡ ਚਲਿਆ ਗਿਆ ਤੁਹਾਨੂੰ ਛੱਡ ਕੇ ਸਾਰੀ ਇਨਫੈਕਸ਼ਨ ਤੁਹਾਨੂੰ ਛੱਡ ਕੇ ਚਲੀ ਗਈ ਰਿਪੋਰਟਾਂ ਬਦਲ ਗਈਆਂ ਰਿਪੋਰਟਾਂ ਬਦਲ ਗਈਆਂ ਹੁਣ ਤੁਹਾਡੀਆਂ ਰਿਪੋਰਟਾਂ ਉੱਤੇ ਗਵਾਹੀ ਲਿਖੀ ਗਈ ਆ ਹੁਣ ਤੁਹਾਡੀਆਂ ਰਿਪੋਰਟਾਂ ਉੱਤੇ ਬਿਮਾਰੀ ਮਿਟਾ ਦਿੱਤੀ ਗਈ ਆ ਪ੍ਰਾਰਥਨਾ ਕਰਨ ਤੋਂ ਰੋਕਦਾ ਹੈ ਹਰੇਕ ਉਹ ਦੁਸ਼ਟ ਆਤਮਾ ਜਿਹੜਾ ਤੁਹਾਨੂੰ ਵਚਨ ਪੜ੍ਹਨ ਤੋਂ ਰੋਕਦਾ ਹੈ ਹਰੇਕ ਦੁਸ਼ਟ ਆਤਮਾ ਜਿਹੜਾ ਤੁਹਾਨੂੰ ਚਰਚ ਆਉਣ ਤੋਂ ਰੋਕਦਾ ਹੈ ਹਰੇਕ ਉਹ ਦੁਸ਼ਟ ਆਤਮਾ ਜਿਹੜਾ ਤੁਹਾਨੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠਣ ਤੋਂ ਰੋਕਦਾ ਹੈ ਜਿਹੜਾ ਤੁਹਾਡੀ ਬਰਕਤ ਦੀ ਚੋਰੀ ਕਰਦਾ ਹੈ ਜਿਹੜਾ ਤੁਹਾਡੀ ਖੁਸ਼ੀ ਦੀ ਚੋਰੀ ਕਰਦਾ ਹੈ ਤੁਹਾਡੇ ਘਰ ਵਿੱਚ ਕਲੇਸ਼ ਪਾਉਂਦਾ ਹੈ ਰਾਤ ਦੇ ਸਮੇਂ ਤੁਹਾਡੇ ਸੁਪਨਿਆਂ ਵਿੱਚ ਆਣ ਕੇ ਡਰਾਉਂਦਾ ਹੈ ਤੁਹਾਨੂੰ ਘਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਮੈਂ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਨੇ ਦਿੱਤੇ ਅਧਿਕਾਰ ਨਾਲ ਉਹ ਅਧਿਕਾਰ ਜੋ ਲਿਖ ਕੇ ਵਚਨ ਵਿੱਚ ਦਿੱਤਾ ਹੈ ਉਸ ਅਧਿਕਾਰ ਦੇ ਨਾਲ ਪ੍ਰਭੂ ਯਸੂ ਮਸੀਹ ਦੇ ਨਾਮ 'ਚ ਹਰੇਕ ਦੁਸ਼ਟ ਆਤਮਾ ਨੂੰ ਝਟਕਦੀ ਹਾਂ ਹੁਕਮ ਕਰਦੀ ਹਾਂ ਨਿਕਲ ਜਾ 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 ਬੋਲ
ਉਹ ਕੌਮਾਂ ਵਿੱਚੋਂ ਉੱਚੇ ਚੱਕੇ ਜਾ ਰਹੇ ਹਨ। ਅਬਰਾਹਮ, ਇਸਹਾਕ, ਯਾਕੂਬ ਦੀ ਬਰਕਤ ਉਹਨਾਂ ਉੱਤੇ ਆ ਰਹੀ ਹੈ। ਸਾਡੇ ਬੱਚਿਆਂ ਦਾ ਵਿਸ਼ਵਾਸ ਯਹੋਸ਼ੂਆ ਵਰਗਾ ਆ, ਸਾਡੇ ਬੱਚਿਆਂ ਦਾ ਵਿਸ਼ਵਾਸ ਕਾਲਬ ਵਰਗਾ ਆ, ਕਨਾਨ ਦੀ ਧਰਤੀ ਉੱਤੇ ਜਾਂਦੇ ਆ। ਪਰਮੇਸ਼ਵਰ ਨੇ ਉਹਨਾਂ ਕੋਲ ਫੜਾ ਨੂੰ ਹਟਾ ਸੁੱਟਿਆ, ਮੇਰੇ ਪਰਮੇਸ਼ਵਰ ਨੇ ਉਹਨਾਂ ਕੋਲ ਦਾਦਵਾ ਨੂੰ ਮਾਰ ਸੁੱਟਿਆ, ਮੇਰੇ ਪਰਮੇਸ਼ਵਰ ਨੇ ਸਾਡੇ ਬੱਚਿਆਂ ਕੋਲ ਰਾਹਾਂ ਨੂੰ ਪੱਧਰਿਆ ਕਰ ਦਿੱਤਾ ਆ, ਪੱਥਰ ਪਿਘਲ ਚੁੱਕੇ ਆ, ਪਹਾੜ ਉੱਖੜ ਚੁੱਕੇ ਆ, ਪਰ ਉਹ ਤਰੱਕੀ ਕਰ ਰਹੇ ਯਿਸੂ ਮਸੀਹ, ਤਰੱਕੀਆਂ ਹੋ ਰਹੀਆਂ ਯਿਸੂ ਮਸੀਹ। ਪ੍ਰਭੂ, ਜਿੰਨਿਆਂ ਨੂੰ ਤੁਸੀਂ ਅੱਜ ਚੰਗੇ ਕੀਤਾ, ਜ਼ਿੰਦਗੀ ਭਰ ਚੰਗੇ, ਇਹਨਾਂ ਦੀ ਚੰਗਿਆਈ ਜ਼ਿੰਦਗੀ ਭਰ ਕਾਇਮ ਰੱਖੋ। ਖੁਦਾ, ਮੈਂ ਯਕੀਨ ਕਰਦੀ ਹਾਂ ਆਉਂਦੇ ਵੀਰਵਾਰ ਇਹ ਸਭ ਲੋਕ ਗਵਾਹੀਆਂ ਨਾਲ ਆ ਰਹੇ ਆ। ਕੋਈ ਭਰਾ ਆ ਜਿਹਦੀ ਕਿ ਬਾਂਹ ਉੱਪਰ ਨਹੀਂ ਹੁੰਦੀ, ਉਹਦੇ ਸੱਟ ਲੱਗੀ ਸੀ। ਇਹ ਭਰਾ ਕਹਿੰਦੇ ਮੈਂ 8 ਮਹੀਨੇ ਪਹਿਲਾਂ ਮੋਟਰਸਾਈਕਲ ਤੋਂ ਡਿੱਗਾ ਸੀ, ਐਕਸੀਡੈਂਟ ਹੋਇਆ ਸੀ, ਔਰ 8 ਮਹੀਨੇ ਤੋਂ ਬਾਂਹ ਦੇ ਉੱਤੇ ਸੱਟ ਲੱਗਣ ਕਰਕੇ ਇਹਨਾਂ ਦੀ ਬਾਂਹ 'ਚ ਦਰਦ ਸੀ ਅਤੇ ਬਾਂਹ ਇਹਨਾਂ ਦੀ ਉੱਪਰ ਨਹੀਂ ਸੀ ਜਾਂਦੀ। ਪਰ ਅੱਜ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਆ, ਪ੍ਰਭੂ ਦੀ ਸਾਮਰਥ ਨੇ ਇਹਨਾਂ ਨੂੰ ਛੂਹਿਆ ਅਤੇ ਇਹਨਾਂ ਦੀ ਬਾਂਹ ਬਿਲਕੁਲ ਠੀਕ ਹੋ ਗਈ। ਇਹ ਆਪਣੀ ਪ੍ਰਭੂ ਜੀ ਦੀ ਕਿਰਪਾ ਨਾਲ 10 ਸਾਲ ਦਾ ਲੱਕ ਦਾ ਦਰਦ ਛੱਡ ਕੇ ਚਲਾ ਗਿਆ। ਤੁਸੀਂ ਗਵਾਹੀ ਸੁਣੀ, 10 ਸਾਲਾਂ ਤੋਂ ਦਰਦ ਸੀ, ਲੱਕ ਵਿੱਚ ਝੁੱਕ ਨਹੀਂ ਹੁੰਦਾ ਸੀ। ਹਾਲੇਲੂਇਆ। ਤੇ ਜਦੋਂ ਪ੍ਰਾਰਥਨਾ ਹੋਈ ਤਾਂ ਇਹਨਾਂ ਨੇ ਰਿਸੀਵ ਕੀਤੀ, ਤਾਂ ਪਰਮੇਸ਼ਰ ਨੇ ਇਹਨਾਂ ਨੂੰ ਛੂਹਿਆ ਤੇ 10 ਸਾਲਾਂ ਦੇ ਦਰਦਾਂ ਤੋਂ ਆਜ਼ਾਦ। ਹਾਲੇਲੂਇਆ, ਹਾਲੇਲੂਇਆ। ਮੈਂ ਪਰਮੇਸ਼ਰ ਦੀ ਦਾਸੀ ਮੇਰੇ ਪਰਮੇਸ਼ਵਰ ਦੇ ਉੱਤੇ ਤੇ ਉਹਦੇ ਕਹੇ ਹੋਏ ਵਚਨ ਉੱਤੇ ਭਰੋਸਾ ਰੱਖ ਕੇ ਸ਼ਬਦ ਬੋਲਦੀ ਆ ਕਿ ਭਾਵੇਂ ਜੱਤੀ ਪੁਸ਼ਤੀ ਤੁਰੇ ਆਉਂਦੇ ਸਰਾਪ ਹੋਣ ਤੁਹਾਡੇ ਉੱਤੇ ਅੱਜ ਟੁੱਟ ਜਾਣਗੇ। ਤੁਸੀਂ ਚੰਗੇ ਹੋਵੋਗੇ ਔਰ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੋਗੇ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਆਮੇਨ, ਆਮੇਨ। ਪਾਸਟਰ ਜੀ, ਪਿਛਲੇ 3 ਦਿਨਾਂ ਤੋਂ ਇਸ ਭਰਾ ਦੇ ਕੰਨ ਦੇ ਵਿੱਚ ਰੇਸ਼ਾ ਵਗ ਰਿਹਾ ਸੀ। ਕਹਿੰਦੇ ਅੱਜ ਵੀ ਸਵੇਰ ਦਾ ਕੰਨ ਦੇ ਵਿੱਚ ਬਹੁਤ ਜ਼ਿਆਦਾ ਰੇਸ਼ਾ ਵਗ ਰਿਹਾ ਸੀ, ਪਰ ਜਿੱਦਾਂ ਹੀ ਅੱਜ ਆਪ ਜੀ ਨੇ ਪ੍ਰੇਅਰ ਕੀਤੀ ਉਹ ਕੰਨ ਵਗਣਾ ਪੂਰੀ ਤਰ੍ਹਾਂ ਬੰਦ ਹੋ ਗਿਆ। ਮੈਂ ਕਹਿੰਦੀ ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਉਦਾਸੀਆਂ ਦਾ ਕਰਕੇ ਹੰਝੂ ਵਗਦੇ ਆ, ਜਦੋਂ
ਸ਼ਬਦ ਤੁਹਾਡੇ ਜੀਵਨ ਵਿੱਚ ਆ ਗਿਆ, ਅੱਜ ਹੰਝੂ ਸੁੱਕ ਜਾਣਗੇ, ਖੁਸ਼ੀਆਂ ਜਾਗ ਪੈਣਗੀਆਂ। ਪ੍ਰਭੂ ਯਿਸੂ ਮਸੀਹ, ਬੋਲ ਯਿਸੂ ਮਸੀਹ ਕੀ ਜੈ। ਪਾਸਟਰ ਜੀ, ਇਹ ਭਰਾ ਦੱਸਦੇ ਨੇ ਕਿ 10 ਸਾਲ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ, 10 ਸਾਲ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ, ਜਿਹਦੇ ਕਰਕੇ ਇਹਨਾਂ ਦੀ ਲੱਤ ਤੇ ਸੱਟ ਲੱਗੀ ਸੀ ਤੇ ਨਾੜਾਂ ਬਲੌਕ ਹੋ ਗਈਆਂ ਸੀ। ਕਹਿੰਦੇ ਮੈਂ ਚੱਲ ਨਹੀਂ ਸੀ ਸਕਦਾ 10 ਸਾਲ ਤੋਂ, ਚੰਗੀ ਤਰ੍ਹਾਂ ਨਹੀਂ ਸੀ ਕਹਿੰਦੇ ਮੈਂ ਤੋਰ ਸਕਦਾ। ਕਹਿੰਦੇ ਅੱਜ ਵੀ ਮੈਨੂੰ ਤਕਲੀਫ ਸੀ, ਪਰ ਕਹਿੰਦੇ ਜਦੋਂ ਤੁਸੀਂ ਪ੍ਰਾਰਥਨਾ ਕੀਤੀ ਆ ਤੇ ਚੰਗਿਆਈ ਦੇ ਆਤਮਾ ਨੇ ਇਹਨਾਂ ਨੂੰ ਛੂਇਆ। ਕਿਹਨੇ ਛੂਇਆ? ਪਰਮੇਸ਼ਵਰ ਦੇ ਆਤਮਾ ਨੇ। ਹਾਲੇਲੂਇਆ! ਚੰਗਿਆਈ ਦੇ ਆਪਾਂ ਇਹਨਾਂ ਨੂੰ ਪਰਮੇਸ਼ਵਰ ਦੇ ਆਤਮਾ, ਆਪਾਂ ਇਹਨਾਂ ਨੂੰ ਬਿਲਕੁਲ ਠੀਕ ਤੌਰ ਤੇ ਹਾਇਆ ਦੇਖ ਸਕਦੇ। ਸ਼ਬਦ ਕੀ ਸੀ? ਐਕਸੀਡੈਂਟ ਦਾ ਕਰਕੇ ਕਿਸੇ ਦੀ ਲੱਤ ਰੁਕੀ ਹੋਈ ਆ, ਲੱਤ ਦੇ ਵਿੱਚ ਪ੍ਰੋਬਲਮ ਆ, ਚੱਲਣ ਵਿੱਚ ਸਮੱਸਿਆ ਆ, ਅੱਜ ਉਹ ਚੰਗਾ ਹੋ ਰਿਹਾ ਆ। ਹਾਲੇਲੂਇਆ! 10 ਸਾਲ ਪਹਿਲਾਂ ਸਾਡੇ ਭਰਾ ਦਾ ਐਕਸੀਡੈਂਟ ਹੋਇਆ ਸੀ, ਨਾੜਾਂ ਬਲੌਕ ਹੋ ਗਈਆਂ ਸੀ, ਤੁਰਨ ਵਿੱਚ ਸਮੱਸਿਆ ਸੀ। ਅੱਜ ਇਸੇ ਘੜੀ ਪ੍ਰਭੂ ਨੇ ਕਿਹਾ ਮੈਂ ਕੰਮ ਕਰਨ ਜਾ ਰਿਹਾ ਆ ਜਿਹੜਾ ਹੁਣੇ ਨਜ਼ਰ ਆਏਗਾ, ਤੇ ਪ੍ਰਭੂ ਨੇ ਸਾਡੇ ਭਰਾ ਨੂੰ ਚੰਗਾ ਕਰ ਦਿੱਤਾ। ਬੋਲ ਯਿਸੂ ਮਸੀਹ ਕੀ! ਪਾਸੇ ਜੀ, 15 ਦਿਨ ਪਹਿਲਾਂ ਭੈਣ ਦਾ ਐਕਸੀਡੈਂਟ ਹੋਇਆ ਸੀ, 15 ਦਿਨ ਪਹਿਲਾਂ ਭੈਣ ਦਾ ਐਕਸੀਡੈਂਟ ਹੋਇਆ ਸੀ, ਜਿਸ ਦੇ ਕਰਕੇ ਇਹਨਾਂ ਦੀ ਪਸਲੀ 'ਚ ਗੁੱਜੀ ਸੱਟ ਲੱਗ ਗਈ ਸੀ। 15 ਦਿਨਾਂ ਤੋਂ ਲਗਾਤਾਰ ਭੈਣ ਦਰਦ ਦੇ ਵਿੱਚ ਸੀ, ਪਰ ਜਦੋਂ ਹੁਣੇ ਤੁਸੀਂ ਪ੍ਰਾਰਥਨਾ ਕੀਤੀ ਤਾਂ ਪ੍ਰਭੂ ਜੀ ਦੀ ਕਿਰਪਾ ਨਾਲ ਸਾਰਾ ਦਰਦ ਠੀਕ ਹੋ ਗਿਆ, ਜਿਸ ਲਈ ਭੈਣ ਪ੍ਰਭੂ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਤੇ ਪਿਛਲੇ 10 ਸਾਲ ਤੋਂ ਇਹਨਾਂ ਦੇ ਲੱਕ ਦੇ ਵਿੱਚ ਦਰਦ ਸੀਗੇ, ਕਹਿੰਦੇ ਨਾ ਇਹ ਝੁੱਕ ਸਕਦੇ ਸੀ, ਨਾ ਹੀ ਪੈਰਾਂ ਪਰ ਬੈਠ ਸਕਦੇ ਸੀ, ਇੱਥੋਂ ਤੱਕ ਕਿ ਕਹਿੰਦੇ ਅੱਜ ਸਵੇਰ ਦੀ ਇਹਨਾਂ ਦੇ ਬਹੁਤ ਜ਼ਿਆਦਾ ਲੱਕ ਵਿੱਚ ਦਰਦ ਹੋ ਰਹੀ ਸੀ, ਪਰ ਜਿੱਦਾਂ ਹੀ ਅੱਜ ਆਪ ਜੀ ਨੇ ਪ੍ਰਾਰਥਨਾ ਕੀਤੀ, ਲੱਕ ਦਾ ਸਾਰਾ ਦਰਦ ਗਾਇਬ ਹੋ ਗਿਆ। ਉਹ ਸਭ ਝੁੱਕ ਕੇ ਲੈ ਗਿਆ ਦੁਰਬਲਤਾਇਆ, ਝੁੱਕ ਕੇ ਲੈ ਗਿਆ, ਉਹ ਸਭ ਝੁੱਕ ਕੇ ਲੈ ਗਿਆ ਦੁਰਬਲਤਾਇਆ, ਝੁੱਕ ਕੇ ਲੈ ਗਿਆ। ਅੱਜ ਅੱਜ 10 ਸਾਲ ਦੇ ਬੰਧਨ ਟੁੱਟ ਰਹੇ। ਹਾਲੇਲੂਇਆ! ਤੁਸੀਂ ਦੇਖਿਆ 10 ਸਾਲ ਦੀ ਦਰਦ, 10 ਸਾਲ ਪੁਰਾਣੇ ਐਕਸੀਡੈਂਟ ਦੀਆਂ ਪ੍ਰੋਬਲਮਸ, 10 ਵਰਡ ਬਹੁਤ ਆ ਰਿਹਾ ਹੈ। ਤੇ ਇਹ ਭੈਣ ਵੀ 10 ਸਾਲ ਤੋਂ ਝੁੱਕ ਨਹੀਂ ਸਕਦੀ ਸੀ, ਪੈਰਾਂ ਭਾਰ ਨਹੀਂ ਬੈਠ ਸਕਦੀ ਸੀ, ਪਰ ਪਰਮੇਸ਼ੁਰ ਨੇ ਚੰਗਿਆ ਕਰ ਦਿੱਤਾ ਤੇ ਉਹ ਇਹਦੀਆਂ ਸਾਰੀਆਂ ਦਰਦਾਂ ਨੂੰ ਚੱਕ ਕੇ ਲੈ ਗਿਆ। ਹਾਲੇਲੂਇਆ! ਹਾਂਜੀ, ਪੇਟ ਦੇ ਵਿੱਚ ਸਵੈਲਿੰਗ ਹੋਣ ਕਰਕੇ ਪਿਛਲੇ 3 ਮਹੀਨੇ ਤੋਂ ਪੇਟ ਦੇ ਵਿੱਚ ਦਰਦ ਰਹਿੰਦੀ ਸੀ ਤੇ ਨਾਲ ਹੀ ਚੈਸਟ ਵਿੱਚ ਦਰਦ ਰਹਿੰਦੀ ਸੀ। ਕਹਿੰਦੇ ਮੈਂ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ, ਪਰ ਕਹਿੰਦੇ ਅੱਜ ਸਵੇਰ ਦੀ ਲਗਾਤਾਰ ਮੇਰੇ ਚੈਸਟ ਵਿੱਚ ਤੇ ਪੇਟ ਵਿੱਚ ਦਰਦ ਹੋ ਰਹੀ ਸੀ, ਪਰ ਜਿੱਦਾਂ ਹੀ ਅੱਜ ਆਪ ਜੀ ਨੇ ਪ੍ਰੇਅਰ ਕੀਤੀ, ਪ੍ਰਭੂ ਦੇ ਸਾਹਮਣੇ ਇਹਨਾਂ ਨੂੰ ਛੂਇਆ, ਉਹ ਸਾਰਾ ਦਰਦ ਗਾਇਬ ਹੋ ਗਿਆ। ਹਾਲੇਲੂਇਆ! ਯਿਸੂ ਦੀ ਸਮਰਥ ਨੇ ਛੂਇਆ ਤੇ ਸਾਰਾ ਹੀ ਦਰਦ ਗਾਇਬ ਹੋ ਗਿਆ। ਪਾਸੇ ਜੀ, 15 ਸਾਲ ਪਹਿਲਾਂ ਐਕਸੀਡੈਂਟ ਹੋਣ ਕਰਕੇ, 15 ਸਾਲ ਪਹਿਲਾਂ ਐਕਸੀਡੈਂਟ ਹੋਣ ਕਰਕੇ ਇਹਨਾਂ ਦੇ ਬਾਹ ਵਿੱਚ ਦਰਦ ਸੀ, ਮੋਢੇ 'ਚ ਦਰਦ ਸੀ, ਮੋਢਾ ਜ਼ਿਆਦਾ ਕੰਮ ਨਹੀਂ ਸੀ ਕਰਦਾ, ਇਹਨਾਂ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਸੀ, ਔਰ ਕਹਿੰਦੇ ਮੈਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਸੀ। ਅੱਜ ਜਦੋਂ ਆਪ ਜੀ ਨੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਜੀ ਦੀ ਸਾਮਰਥ ਨੇ ਇਹਨਾਂ ਨੂੰ ਛੋਇਆ ਤੇ 15 ਸਾਲਾਂ ਦੀ ਬਾਹ ਦੀ ਸਾਰੀ ਦਰਦ ਛੱਡ ਕੇ ਚਲੇ ਗਈ ਹੈ। ਹਾਲੇਲੂਇਆ! 15 ਸਾਲ ਪਹਿਲੇ ਐਕਸੀਡੈਂਟ ਹੋਇਆ ਜਿਹਦੇ ਕਰਕੇ ਸਿਰ ਵਿੱਚ ਵੀ ਸੱਟ ਲੱਗੀ ਸੀ, ਮੋਢੇ ਵਿੱਚ ਪ੍ਰੋਬਲਮ ਸੀ, ਰੋਜ਼ ਬਾਹ ਵਿੱਚ ਦਰਦ ਹੁੰਦੀ ਸੀ। ਤੁਸੀਂ ਦੇਖੋ ਬਾਹਾਂ ਦਾ ਕਿੰਨਾ ਕੰਮ ਆ, ਰੋਟੀ ਖਾਣੀ, ਬਣਾਉਣੀ, ਨਹਾਉਣਾ ਕਰਨਾ, ਐਵਰੀਥਿੰਗ, ਬਾਹਾਂ ਦਾ ਬਹੁਤ ਕੰਮ ਆ। 15 ਸਾਲ ਦੇ ਦੁੱਖ ਤੋਂ ਅੱਜ ਪਰਮੇਸ਼ਵਰ ਨੇ ਭੈਣ ਨੂੰ ਆਜ਼ਾਦੀ ਦੇ ਦਿੱਤੀ। ਬੋਲ ਯਿਸੂ ਮਸੀਹ ਕੀ ਜੈ।
ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਦੀ ਕਰ, ਪਰਮੇਸ਼ਵਰ ਦੇ ਚੋਲ ਵਾਲਿਆਂ ਦੇ ਨਾਲ ਬਣੀ ਰਹੇ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਵੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ, ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।